ਪੰਜਾਬ ਦੇ ਰਾਜਪਾਲ ਅਤੇ ਮੁਖ ਮੰੰਤਰੀ ਵਿਚਕਾਰ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਬੁਲਾਏ ਜਾਣ ਦੇ ਮਾਮਲੇ ਨੂੰ ਲੈ ਕੇ ਤੇ ਸਦਨ ਦੇ ਅੰਦਰ ਜਿਹੜੇ ਬਿੱਲ ਪਾਸ ਕੀਤੇ ਗਏ ਉਹਨਾਂ ਦੀ ਪ੍ਰਵਾਨਗੀ ਨੂੰ ਲੈ ਕੇ ਜੋ ਪਿਛਲੇ ਕਾਫੀ ਲੰਮੇ ਸਮੇਂ ਤੋਂ ਇੱਕ ਰੇੜਕਾ ਬਣਿਆ ਹੋਇਆ ਸੀ ਜਿਸ ਤਰੀਕੇ ਨਾਲ ਸੁਪਰੀਮ ਕੋਰਟ ਨੇ ਇਸ ਮਾਮਲੇ ਦਾ ਜੱਜ ਆ ਲੈ ਹੈ ਇਸ ਮਾਮਲੇ ਬਾਰੇ ਫੈਸਲਾ ਲਿਆ ਹੈ ਇਹ ਗੱਲ ਬੜੀ ਅਹਿਮ ਹੈ ਕਿ ਜਿੱਤੂ ਦਾ ਸਵਾਲ ਹੈ ਜਿਹੜੀ ਚੁਣੀ ਹੋਈ ਸਰਕਾਰ ਹੈ 92 ਵਿਧਾਇਕ ਉਹਨਾਂ ਵੱਲੋਂ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਜਾਣਾ ਕਿਸੇ ਤਰੀਕੇ ਨਾਲ ਵੀ ਗੈਰ ਕਾਨੂੰਨੀ ਸਾਬਤ ਨਹੀਂ ਹੁੰਦਾ ਨਜ਼ਰ ਆਇਆ گورنر ਉਹਨਾਂ ਵੱਲੋਂ ਕਿਸ ਕਦਰ ਜਿਹੜੇ ਬਿੱਲ ਰੋਕੇ ਗਏ ਉਹਨਾਂ ਬਿਲਾ ਜਿਹੜੇ ਵਿਤੀ ਮਾਮਲੇ ਨਾਲ ਸੰਬੰਧਿਤ ਬਿੱਲ ਵੀ ਸੀ ਜਿਹੜੇ ਸ਼ਾਇਦ ਰੋਕੇ ਹੀ ਨਹੀਂ ਜਾ ਸਕਦੇ ਸੀ ਸੁਪਰੀਮ ਕੋਰਟ ਦੀ ਜਿਹੜੀ ਜਾਣਕਾਰੀ ਮੀਡੀਆ ਦੇ ਰਾਹੀਂ ਹਾਸਲ ਹੋਈ ਹੈ ਉਹਦੇ ਮੁਤਾਬਕ ਸੁਪਰੀਮ ਕੋਰਟ ਨੇ ਕਿਹਾ ਕਿ ਗਵਰਨਰ ਉਹਨਾਂ ਬਿਲਾ ਨੂੰ ਜਿਹੜੇ ਬਿੱਲ ਨਹੀਂ ਵੀ ਉਹਨੂੰ ਲੱਗਦੇ ਸੀ ਕਿ ਇਹਨਾਂ 'ਚ ਕੋਈ ਸੋਧ ਕੀਤੀ ਜਾ ਸਕਦੀ ਹੈ ਸਪੀਕਰ ਨੂੰ ਵਾਪਸ ਕੀਤਾ ਜਾ ਸਕਦੇ ਸੀ ਸਪੀਕਰ ਦੀ ਤੇ ਰਹਿ ਲਈ ਜਾ ਸਕਦੀ ਸੀ ਪਰ ਲੰਬੇ ਸਮੇਂ ਲਈ ਬਿੱਲਾਂ ਨੂੰ ਆਪਣੇ ਕੋਲ ਹੀ ਰੱਖਣਾ ਜੋ ਵੀ ਜਿਹੜੇ ਪੰਜਾਬ ਵਿਧਾਨ ਸਭਾ ਨੇ ਪਾਸ ਕੀਤੇ ਹੋਣ ਕਿਸੇ ਤਰੀਕੇ ਨਾਲ ਵੀ ਵਾਜਬ ਨਹੀਂ ਹੈ ਇਸ ਮਾਮਲੇ ਤੇ ਪੰਜਾਬ ਨੇ ਕਾਫੀ ਪਿਛਲੇ ਸਮੇਂ ਜਿਹੜਾ ਭੁਗਤਿਆ ਸੰਵਿਧਾਨਕ ਸੰਗਠਿ ਨਹੀਂ ਸਗੋ ਰਾਸੀ ਤੌਰ ਤੇ ਵੀ ਇੱਕ ਵੱਡੇ ਸਵਾਲ ਖੜੇ ਹੋਏ ਕਿ ਕੀ ਜਿਤ ਤੱਕ ਸਵਾਲ ਹੈ ਫੈਡਰਲ ਢਾਂਚੇ ਦਾ ਚੁਣੀ ਹੋਈ ਸਰਕਾਰ ਦਾ ਗਵਰਨਰ ਜਿਹੜਾ ਹੈਗਾ ਸਰਕਾਰ ਨੂੰ ਚਲਾਏਗਾ ਜਾਂ ਗਵਰਨਰ ਕੋਲੇ ਅਧਿਕਾਰ ਹੈ ਕਿ ਹਰ ਮਾਮਲੇ ਦੇ ਉੱਤੇ ਕਿੰਦੂ ਪ੍ਰੰਤੂ ਕਰਨਾ ਜਾਂ ਲੋਕਾਂ ਦੀ ਚੁਣੀ ਹੋਈ ਸਰਕਾਰ ਗਵਰਨਰ ਹਾਲਾਂਕਿ ਬੜਾ ਇੱਕ ਵੱਡਾ ਰਾਜੀ ਤਜਰਬਾ ਰੱਖਦੇ ਜਿਹੜੇ ਪੰਜਾਬ ਦੇ ਗਵਰਨਰ ਬਨਵਾਰੀ لال ਪ੍ਰੋਹਿਤ ਬਣੇ ਹੋਏ ਐ ਇਸ ਦੇ ਬਾਵਜੂਦ ਇਸ ਰੇੜਕੇ ਨੇ ਪੰਜਾਬ ਨੂੰ ਪਿਛਲੇ ਦਿਨਾਂ 'ਚ ਵੱਡੇ ਸੰਕਟ ਦੇ ਵਿੱਚ ਦੀ ਖੜਿਆ ਔਰ ਇਹ ਕਿਹਾ ਜਾਂਦਾ ਸੀ ਕਿ ਗਵਰਨਰ ਤੇ ਜਿਹੜਾ ਮੁੱਖ ਮੰਤਰੀ ਦਾ ਟਕਰਾ ਹੈ ਇਹ ਸੂਬੇ ਦੇ ਲੋਕਾਂ ਲਈ ਇੱਕ ਨਵੀਆਂ ਪਰੇਸ਼ਾਨੀਆਂ ਖੜੀਆਂ ਕਰ ਸਕਦਾ ਹੈ ਦੇਖੋ ਗਵਰਨਰ ਦੇ ਇੱਕ ਆਪਣਾ ਰਤਵਾ ਹੈ ਸੰਵਿਧਾਨ ਦੇ ਅਨਸਾਰ ਗਵਰਨਰ ਦੇ ਆਪਣਾ ਅਧਿਕਾਰ ਹੈ ਉਹਨਾਂ ਬਾਰੇ ਕਿਸੇ ਨੂੰ ਕੋਈ ਕਿੰਦੂ ਪਰੰਤੂ ਕਰਨ ਦਾ ਅਧਿਕਾਰ ਨਹੀਂ ਹੈ ਪਰ ਜੋ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਬੁਲਾਉਣਾ ਵਿਧਾਨ ਸਭਾ ਦੇ ਵਿੱਚ ਬਿੱਲ ਪਾਸ ਕਰਨਾ ਫੈਸਲੇ ਲੈਣੇ ਜੇ ਉਹਨਾਂ ਦੇ ਉੱਤੇ ਗਵਰਨਰ ਕੁੰਡਾ ਰੱਖੇਗਾ ਤਾਂ ਫਿਰ ਸਵਾਲ ਖੜੇ ਹੋਣਗੇ ਕਿ ਆਖਰ ਜਿਹੜਾ ਹੈਗਾ ਕੀ گورਨਰ ਇਹ ਸੂਬੇ ਨੂੰ ਚਲਾਏਗਾ ਜਾਂ ਲੋਕਾਂ ਦੀ ਚੁਣੀ ਹੋਈ ਸਰਕਾਰ ਸੋ ਅੱਜ ਦਾ ਦਿਨ ਰਾਜਸੀ ਦੌਰ ਤੇ ਬਹੁਤ ਵੱਡਾ ਮਾਮਲਾ ਵਿਧਾਨ ਸਭਾ ਦੇ ਇਤਿਹਾਸ ਦੇ ਵਿੱਚ ਵੀ ਸ਼ਾਇਦ ਪੰਜਾਬ ਨੂੰ ਪਹਿਲੀ ਵਾਰ ਅਜਿਹਾ ਮੌਕਾ ਦੇਖਣ ਦਾ ਮਿਲਿਆ ਹਾਲਾਂਕਿ ਪੰਜਾਬ ਵਿਧਾਨ ਸਭਾ ਨੇ ਬਹੁਤ ਇਤਰਾਜ਼ ਚੜਾ ਦਿਖਿਆ ਹੈ ਪੰਜਾਬ ਵਿਧਾਨ ਸਭਾ ਨੇ ਉਹ ਦਿਨ ਵੀ ਦੇਖਿਆ ਜਦੋਂ ਸਪੀਕਰ ਦੀ ਪਗੜੀ ਉਸ ਕੁਰਸੀ ਤੇ ਲੈਣ ਦੀ ਨਜ਼ਰ ਆਈ ਹੈ ਜਿੰਦਾਬਾਦ ਮਰਦਾਬਾਦ ਦੀਆਂ ਤਾਂ ਬਹੁਤ ਗੱਲਾਂ ਹੀ ਹੋਈਆਂ ਇਸ ਵਿਧਾਨ ਸਭਾ ਨੇ ਕਈ ਵਾਰ ਲੰਬੇ ਸਮੇਂ ਲਈ ਰਾਸ਼ਟਰਪਤੀ ਰਾਜ ਵੀ ਦੇਖਿਆ ਜਿੱਥੇ ਲੋਕਾਂ ਦੀ ਚੁਣੀ ਹੋਈ ਸਰਕਾਰ ਦੀ ਤਾਂ ਗਵਰਨਰ ਪੰਜਾਬ ਨੂੰ ਚਲਾਉਂਦੇ ਰਹੇ ਐ ਪਰ ਹੁਣ ਸਵਾਲ ਇਹ ਸੀ ਕਿ ਡੈਮੋਕ੍ਰੈਟਿਕ ਵੇ ਨਾਲ ਜਮਹੂਰੀ ਢੰਗ ਨਾਲ ਚੁਣੀ ਹੋਈ ਸਰਕਾਰ 92 ਵਿਧਾਇਕ ਇਸ ਦੇ باوجود ਜਦੋਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੁੰਦਾ ਇਸ ਮਾਮਲੇ ਤੇ ਇਹ ਨਹੀਂ ਕਿ ਪਹਿਲੀ ਵਾਰ ਸੁਪਰੀਮ ਕੋਰਟ ਦਾ ਕੁੰਡਾ ਖੜਕਾਇਆ ਗਿਆ ਸਰਕਾਰ ਵੱਲੋਂ ਸਰਕਾਰ ਦਾ ਕਹਿਣਾ ਕਿ ਪਹਿਲਾਂ ਵੀ ਸਾਨੂੰ ਸੈਸ਼ਨ ਦੀ ਪ੍ਰਵਾਨਗੀ ਦੇ ਲਈ ਹਰ ਵਾਰ ਸੁਪਰੀਮ ਕੋਰਟ ਕਿਉਂ ਜਾਣਾ ਪਏ ਸਪਰੀਮ ਕੋਰਟ ਦੀ ਜੇਪਾ ਪਿਛਲੇ ਟਿੱਪਣੀ ਦੀ ਗੱਲ ਕਰੀਏ ਤਾਂ ਬੜਾ ਵਾਜਬ ਗੱਲ ਉਹਨੇ ਬੜਾ ਵਾਜਬ ਸਵਾਲ اٹھਾਇਆ ਸੀ ਕਿ ਗਵਰਨਰ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਆਪਸੀ ਮਸਲੇ ਬੈਠ ਕੇ ਆਪਸੇ ਚ ਹੱਲ ਕਰ ਲਏ ਜਾਣੇ ਚਾਹੀਦੇ ਹੈ ਕਿਉਂ بار-बार ਇਹਨਾਂ ਮਾਮਲਿਆਂ ਦੇ ਉੱਤੇ ਸੁਪਰੀਮ ਕੋਰਟ ਤੇ ਆਇਆ ਜੇ ਇਸ ਤੋਂ ਹੀ ਵੱਡਾ ਮਾਮਲਾ ਇਹ ਦੇ ਦੇਣ ਦਾ ਜਦੋਂ ਆਪਾਂ ਕਹਿੰਦੇ ਕਿ ਸਾਡਾ ਮੁੱਲਕ ਇੱਕ ਜਮਹੂਰੀ ਤੌਰ ਤੇ ਦੁਨੀਆ ਪਰ ਦਾ ਸਭ ਤੋਂ ਸ਼ਕਤੀਸ਼ਾਲੀ ਮੁੱਲਕ ਹੈ ਤਾਂ ਉਸ ਮੁੱਲਕ ਦੇ ਅੰਦਰ ਚੁਣੀਆਂ ਹੋਈਆਂ ਸਰਕਾਰਾਂ ਦੇ ਇਸ ਕਦਰ ਸਵਾਲ ਉਠਾਉਣੇ ਜੌਨ ਤੇ ਬ੍ਰੇਕਾਂ ਲਾਉਣੀਆਂ ਇਹ ਕਿਸ ਕਦਰ ਵਾਜਬ ਕੀਤਾ ਜਾ ਸਕਦਾ ਹੈ ਸਵਾਲ ਕੇਵਲ ਪੰਜਾਬ ਦਾ ਨਹੀਂ ਇਸ ਦੇ ਦੇ ਕਈ ਹੋਰ ਸੂਬੇ ਆ ਬੰਗਾਲ ਹੈ ਇਸ ਪਿਛਲੇ ਸਮੇਂ ਦੇ ਚ ਕੇਰਲਾ ਦੀ ਗੱਲ ਹੋਈ ਹੈ ਹੋਰ ਸੂਬਿਆਂ ਜਿਵੇਂ ਸਵਾਲ ਉਠਦੇ ਰਹਿੰਦੇ ਆ ਕਿ ਆਕਰ ਗਵਰਨਰ ਦੇ ਅਧਿਕਾਰ ਜਿਹੜੇ ਹੈਗੇ ਆ ਕਿ ਉਹ ਚੁਣੀਆਂ ਹੋਈਆਂ ਮਾਮਲਾ ਵਿੱਚ ਪੰਜਾਬ ਵਿਧਾਨ ਸਭਾ ਦੀ ਗੱਲ ਹੋਵੇ ਚੁਣੀਆਂ ਹੋਈਆਂ ਸਰਕਾਰਾਂ ਹੋਣ ਉਹਨਾਂ ਚ ਦਖਲ ਅੰਦਾਜ਼ੀ ਕਿਸ ਹੱਦ ਤੱਕ ਵਾਜਬ ਹੈ ਜ਼ਰੂਰ ਜਵਾਬਦੇਹੀ ਹੋਣੀ ਚਾਹੀਦੀ ਹੈ ਪਰ ਜਵਾਬਦੇਹੀ ਉਹ ਸੂਬੇ ਦੇ ਲੋਕਾਂ ਵੱਲੋਂ ਹੋਣੀ ਚਾਹੀਦੀ ਹੈ ਵਰਨਾ ਜਿਹੜੇ ਕਿ ਕੇਂਦਰ ਦੇ ਨਿਵੇਂਦੇ ਹੁੰਦੇ ਆ ਰਾਸ਼ਟਰਪਤੀ ਵੱਲੋਂ ਔਪਾਇਨਟ ਕੀਤੇ ਜਾਂਦੇ ਆ ਉਹ ਕੁਝ ਸਮੇਂ ਲਈ ਹੁੰਦੇ ਆ ਕੁ ਸਾਲਾਂ ਬਾਅਦ ਉਹਨਾਂ ਦੀ ਨਿਯੁਕਤੀ ਦਾ ਸਮਾਂ ਜਿਹੜਾ ਖਤਮ ਹੋ ਜਾਂਦਾ ਹੈ ਫਿਰ ਉਹ ਵਾਪਸ ਆਪਣੇ ਥਾਂ ਦੇ ਉੱਤੇ ਚਲੇ ਜਾਂਦੇ ਆ ਪਰ ਪੰਜਾਬ ਦੇ ਲੋਕ ਜਾਂ ਕਿਸੇ ਵੀ ਸੂਬੇ ਦੇ ਲੋਕ ਉਹਨਾਂ ਨੇ ਉਸ ਸੂਬੇ ਤੇ ਰਹਿਣਾ ਹੁੰਦਾ ਹੈ ਤੇ ਆਪਣੇ ਚੁਣੇ ਹੋਏ ਜਿੱਥੋਂ ਤੱਕ ਸਵਾਲ ਹੈ ਆਗੂਆਂ ਦਾ ਉਹਨਾਂ ਤੋਂ ਸਵਾਲ ਪੁੱਛਣ ਦਾ ਪੂਰਾ ਅਧਿਕਾਰ ਹੈ ਇਸ ਮਾਮਲੇ 'ਚ ਇੱਕ ਹੋਰ ਅਹਿਮ ਸਵਾਲ ਜਿਹੜਾ ਜ਼ਰੂਰ ਲੈਣਾ ਬਣਦਾ ਹੈ ਕਿ ਕੀ ਜਿਹੜਾ ਵਿਰੋਧੀ ਧਿਰਾਂ ਦਾ ਟਕਰਾ ਸਰਕਾਰਾਂ ਦੇ ਨਾਲ ਹੋਣਾ ਉਹ ਆਪਣੀ ਜਗ੍ਹਾ ਤੇ ਵਾਜਬ ਹੋ ਸਕਦਾ ਹੈ ਪਰ ਇਸ ਵਿਰੋਧ ਨੂੰ ਇਸ ਕਦਰ ਤੱਕ ਨਹੀਂ ਲੈ ਜਾਣਾ ਚਾਹੀਦਾ ਕਿ ਸਰਕਾਰ ਦਾ ਜਦੋਂ ਟਕਰਾ ਹੋਵੇ ਤਾਂ ਹਰ ਮਾਮਲੇ 'ਚ ਗਵਰਨਰ ਦਾ ਕੁੰਡਾ ਖੜਕਾਇਆ ਜਾਵੇ ਕਈ ਵਾਰ ਇਹ ਵੀ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਗਈ ਜਾਂ ਪ੍ਰਭਾਵ ਮਿਲਿਆ ਕਿ ਵਿਰੋਧੀ ਧਿਰਾਂ ਜਿਹੜੀਆਂ ਹੈਗੀਆਂ ਸਰਕਾਰ ਦੇ ਖਿਲਾਫ ਗਵਰਨਰ ਦੇ ਕੋਲੇ ਜਦੋਂ ਜਾਂਦੇ ਨੇ ਤੇ ਇੱਕ ਤਰੀਕੇ ਨਾਲ ਗਵਰਨਰ ਦੇ ਰਾਹੀਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਰਕਾਰ ਨੂੰ ਪਰੇਸ਼ਾਨ ਕੀਤਾ ਜਾਏ ਪੰਜਾਬ ਵਿਧਾਨ ਸਭਾ ਕੋਈ ਵੀ ਵਿਧਾਨ ਸਭਾ ਹੋਵੇ ਇੱਕ ਬਹੁਤ ਵੱਡਾ ਪਲੇਟਫਾਰਮ ਹੈ ਉਸ ਵਿਧਾਨ ਸਭਾ ਦੀ ਪਟਲ ਦੇ ਉੱਤੇ ਲੋਕਾਂ ਦੇ ਸਵਾਲ ਉਠਾਏ ਜਾਣੇ ਚਾਹੀਦੇ ਹੈ ਗਵਰਨਰ ਦੇ ਰਾਹੀਂ ਜਿਹੜੀ ਨਾ ਵਿਧਾਨ ਸਭਾ ਤੇ ਨਾ ਕਿਸੇ ਵੀ ਦੇਸ਼ ਦਾ ਸੂਬਾ ਚਲਾਇਆ ਜਾ ਸਕਦਾ ਇਹ ਕੇਵਲ ਕਿਸੇ ਇੱਕ ਸੂਬੇ ਜਾਂ ਇੱਕ ਪਾਰਟੀ ਦੀ ਗੱਲ ਦੀ ਨਹੀਂ ਸਗੋਂ ਇਹ ਦੇਸ਼ ਦੇ ਲੋਕਾਂ ਦੀ ਤੇ ਜਮਹੂਰੀ ਦੇ ਲਈ ਇੱਕ ਬਹੁਤ ਵੱਡਾ ਸਵਾਲ ਹੈ ਕਿ ਕੀ ਗਵਰਨਰ ਆਪਣੇ ਸੀਮਤ ਅਧਿਕਾਰਾਂ ਤੱਕ ਸੀਮਤ ਰਹਿਣਗੇ ਜਾਂ ਉਹ ਸਿੱਧੇ ਟੰਗ ਨਾਲ ਉਥੋਂ ਦੀਆਂ ਸਰਕਾਰਾਂ ਨੂੰ ਚਲਾਉਣ ਦੇ ਲਈ ਦਖਲਅੰਦਾਜ਼ੀ ਕਰਨਗੇ ਕਿੰਨਾ ਕੁ ਵਾਜਬ ਹੈ